ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਵਾਂਗ ਰਚਣ ਵਾਲੇ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ 'ਚ ਬਰਾਬਰ ਕੁਰਸੀ ਡਾ ਕੇ ਬੈਠਣ ਵਾਲੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਜਿਨ੍ਹਾਂ ਦੇ ਵੱਲੋਂ ਧਾਰਮਿਕ ਮਾਨ ਮਰਿਆਦਾ ਨੂੰ ਲਗਾਤਾਰ ਢਾਹ ਲਾਈ ਜਾਂਦੀ ਹੈ, ਅਜਿਹੀਆਂ ਹਰਕਤਾਂ ਕਰਕੇ ਸਮਾਜ ਸੇਵੀ ਸਰਦਾਰ ਸਰਬਜੀਤ ਸਿੰਘ ਸੋਨੂ ਨੇ ਉਹਨਾਂ ਨੂੰ ਵਾਰਨ ਕਰਦੇ ਹੋਏ ਕਹਿ ਦਿੱਤਾ ਹੈ ਕਿ ਅੰਮ੍ਰਿਤਸਰ ਦੇ DC ਜੇਕਰ ਇਹਨਾਂ 'ਤੇ ਕਾਰਵਾਈ ਨਹੀਂ ਕਰਨਗੇ ਤਾਂ ਫਿਰ ਉਹ ਇਸ ਤੋਂ ਵੀ ਜ਼ਿਆਦਾ ਸਖ਼ਤ ਸੰਘਰਸ਼ ਵਿੱਢ ਸਕਦੇ ਨੇ। ਤਾਂ ਉਹਨਾਂ ਨੇ DC ਦੇ ਨਾਲ ਮੁਲਾਕਾਤ ਕਰਕੇ ਇਹਨਾਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਵੀ ਕਰ ਦਿੱਤੀ ਹੈ। ਜਗਤ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਔਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਹਨਾਂ ਦੇ ਬਰਾਬਰ 'ਤੇ ਕੁਰਸੀ ਡਾਹ ਕੇ ਇੱਕ ਬੰਦਾ ਨਕਲੀ ਦਾੜੀ ਲਾ ਕੇ ਗੁਰੂ ਨਾਨਕ ਸਾਹਿਬ ਦਾ ਸਵਾਂਗ ਰਚ ਕੇ ਜਿਹੜਾ ਉੱਥੇ ਬੈਠਾ ਵਾ ਔਰ ਕੁਛ ਨੰਗੇ ਸਿਰ ਅਤੇ ਕੁਛ ਜਿਹੜੇ ਜੋੜੇ ਲੈ ਕੇ ਉੱਥੇ ਭੱਜੇ ਫਿਰਦੇ ਅਤੇ ਵੀਡੀਓ ਨੈੱਟ 'ਤੇ ਵਾਇਰਲ ਹੋ ਰਹੀ ਆ ਔਰ ਉਹਦੇ ਨਾਲ ਸਿੱਖ ਸੰਗਤ ਦੇ ਵਿੱਚ ਬਹੁਤ ਭਾਰੀ ਰੋਸ ਆ ਔਰ ਇਹ ਜਿਹੜੇ ਸ਼ਰਾਰਤੀ ਬੰਦੇ ਵਾਰ ਵਾਰ ਹਰਕਤਾਂ ਕਰਨ ਤੋਂ ਬਾਅਦ ਨਹੀਂ ਆਉਂਦੇ ਕਿਉਂਕਿ ਕਿਸੇ ਦਾੜੀ ਅਤੇ ਕੇਸ ਵਾਲੇ ਦੇ 'ਤੇ ਇੰਨੀ ਜ਼ਰੂਰਤ ਹੈਗੀ ਨਹੀਂ ਉਹ ਕਰੇ, ਇਹ ਉਹੀ ਘਟੀਆ ਬੰਦੇ ਕਰਦੇ ਹੁੰਦੇ ਆ ਜਿਹੜੇ ਸ਼ਰਾਰਤੀ ਅੰਤਰ ਜਿਨ੍ਹਾਂ ਨੂੰ ਪਲੈਨ ਕਰਕੇ ਲਿਆਂਦਾ ਜਾਂਦਾ ਔਰ ਇਹ ਪਲੈਨ ਕਰਕੇ ਵੀਡੀਓ ਬਣਾਈ ਗਈ ਆ। ਸਾਡੀ ਅਤੇ ਇੰਨੀ ਹੈਸੀਅਤ ਹੀ ਨਹੀਂ ਹੈਗੀ ਵੀ ਅਸੀਂ ਗੁਰੂ ਸਾਹਿਬ ਦਾ ਸਵਾਂਗ ਰਚ ਕੇ ਜਾਂ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਬਰਾਬਰ ਕੁਰਸੀ ਲੈ ਕੇ ਬਹਿ ਜਾਈਏ ਤਾਂ ਨਾ ਕਿਸੇ ਇੰਨੀ ਸਾਧ ਦੀ ਆ, ਇਹ ਕੰਮ ਸਿਰਸੇ ਵਾਲੇ ਨੇ ਕੀਤਾ, ਉਹਨੂੰ ਪੁੱਛ ਲਓ ਹਲੇ ਤੱਕ ਲਕੀਰਾਂ ਕੱਢਣ ਡਿਆ ਅਤੇ ਮਾਫੀਆਂ ਮੰਗਦਾ ਫਿਰਦਾ, ਇਹ ਦੁਨੀਆ ਦਾ ਅੰਤ ਆ ਗਿਆ। ਹਰ ਬੰਦਾ ਜਿਹੜਾ ਵਾ ਨਾ ਉਹ TRP ਦੇ ਲਈ ਪਬਲਿਸਿਟੀ ਦੇ ਲਈ ਜਿਹੜਾ ਡਰਾਮੇਬਾਜ਼ੀਆਂ ਸ਼ੁਰੂ ਹੋ ਗਈਆਂ ਅਤੇ ਜਦੋਂ ਇਲੈਕਸ਼ਨਾਂ ਆਉਂਦੀਆਂ ਕੰਮ ਸ਼ੁਰੂ ਹੋ ਜਾਂਦੇ ਅਤੇ ਸਰਕਾਰਾਂ ਜਿਹੜੀਆਂ ਵਾ ਕਿਤੇ ਨਾ ਕਿਤੇ ਇਹਨਾਂ ਨੂੰ ਸ਼ਹਿ ਦੇ ਦਿੰਦੀਆਂ, ਦੁੱਖ ਦੀ ਗੱਲ ਆ ਵੀ ਰੱਬ ਨਾਲ ਵੈਰ ਲੈਣਾ ਸਾਨੂੰ ਬਹੁਤ ਮਹਿੰਗਾ ਪਊਗਾ। ਅੱਗੇ ਕੁਦਰਤ ਨਾਲ ਛੇੜਛਾੜ ਕਰਦੇ ਹੋ ਅਤੇ ਵੇਖ ਲਓ ਲੋਕਡਾਊਨ ਲੱਗਾ ਅਤੇ ਚੀਕਾਂ ਨਿਕਲ ਗਈਆਂ ਵੱਡੇ ਵੱਡੇ ਕਾਰੋਬਾਰੀਆਂ ਦੀਆਂ ਅਤੇ ਹੁਣ ਤੁਸੀਂ ਦੁਨੀਆ ਦੇ ਦੀਨ ਦੁਨੀਆ ਦੇ ਮਾਲਕ ਦੇ ਨਾਲ ਵੈਰ ਲੈਣ ਰਹੇ। ਅਕਾਲ ਪੁਰਖ ਗੁਰੂ ਸਾਹਿਬ ਨੇ ਸਾਨੂੰ ਅਕਾਲ ਪੁਰਖ ਦੇ ਨਾਲ ਜੁੜਿਆ, ਇੱਕ ਓਂਕਾਰ ਦੇ ਉਪਾਸ਼ਕ ਆ ਅਸੀਂ ਸਾਰੇ ਅਤੇ ਮਹਾਰਾਜ ਨੇ ਤਾਂ ਸਾਨੂੰ ਇਨਸਾਨ ਬਣਾਇਆ ਸੀ ਅਤੇ ਅਸੀਂ ਕੀ ਕਰ ਲਿਆ, ਅਸੀਂ ਸਾਰੇ ਜਿੰਨੇ ਵੀ ਆ ਮਤਲਬ ਪੁੱਠੇ ਕੰਮਾਂ 'ਤੇ ਲੱਗ ਗਏ। ਰੱਬ ਦਾ ਵਾਸਤਾ, ਜ਼ਿੰਦਗੀ ਬੜੀ ਛੋਟੀ ਜੀ ਆ, ਇਹ ਪਤਾ ਨਹੀਂ ਕਿਹੜੇ ਵੇਲੇ ਬੁਲਾਵਾ ਆਉਣਾ ਅਤੇ ਇੱਥੇ ਸਾਰਾ ਕੁਝ ਛੱਡ ਕੇ ਤੁਰ ਪੈਣਾ। ਰੱਬ ਤੋਂ ਡਰੋ, ਰੱਬ ਦੇ ਨਾਲ ਵੈਰ ਨਾ ਲਓ, ਰੱਬ ਗੜੀ ਸੀਸ ਝੁਕਾਈ ਦਾ, ਰੱਬ ਗੜੀ ਸਿਰ ਚੁੱਕੀ ਦਾ ਨਹੀਂ। ਸਿਰ ਚੁੱਕਣ ਵਾਲੇ ਕਦੀ ਵੀ ਤੁਹਾਨੂੰ ਅੱਜ ਤੱਕ ਮੇਰੇ ਹਿਸਾਬ ਨਾਲ ਵੱਡੇ ਵੱਡੇ ਅਬਦਾਲੀ ਵਰਗੇ ਨਹੀਂ ਲੱਭੇ ਹੋਣੇ ਅਤੇ ਸਿਰ ਝੁਕਾਉਣ ਵਾਲੇ ਮਹਾਰਾਜਾ ਰਣਜੀਤ ਸਿੰਘ ਵਰਗੇ ਅੱਜ ਵੀ ਜਿਨ੍ਹਾਂ ਨੂੰ ਦੁਨੀਆ ਯਾਦ ਕਰਦੀ ਹੈ। ਇਸ ਕਰਕੇ ਇਹੋ ਜਿਹੇ ਘਟੀਆ ਬੰਦਿਆਂ ਦੇ ਖਿਲਾਫ਼ 295 ਇਹਦਾ ਮੁਕੱਦਮਾ ਦਰਜ ਕਰਕੇ ਇਮੀਜੀਏਟਲੀ ਸਰਕਾਰ ਨੂੰ, ਪ੍ਰਸ਼ਾਸਨ ਨੂੰ ਇਹਨੂੰ ਅੰਦਰ ਦੇਣਾ ਚਾਹੀਦਾ ਔਰ ਇਹਦੇ ਨਾਲ ਜਿਹੜੇ ਸ਼ਰਾਰਤੀ ਲੋਕ ਆ ਉਹਨਾਂ 'ਤੇ ਵੀ ਕਾਰਵਾਈ ਕਰਨੀ ਚਾਹੀਦੀ ਆ। ਮੈਂ ਵੀ ਅੰਮ੍ਰਿਤਸਰ ਦੇ DC ਸਾਹਿਬ ਮੈਡਮ ਨੂੰ ਮਿਲ ਕੇ ਆਇਆ ਵਾਂ, ਸ਼ਿਕਾਇਤ ਕਰਕੇ ਆਇਆ ਇਹਦੇ ਖਿਲਾਫ਼ ਔਰ ਇਸ ਬੰਦੇ ਦੀ ਕਰਤੂਤ ਵੇਖੋ ਤੁਸੀਂ, ਇਸ ਬੰਦੇ ਨੇ ਸਾਰੀਆਂ ਹੱਦਾਂ ਪਾਰ ਕਰਤੀਆਂ। ਹਰ ਬੰਦਾ ਇਹਨੂੰ ਗਾਲਾਂ ਕੱਢਣ ਡਿਆ, ਅੱਜ ਆ ਗੁਰੂ ਸਾਹਿਬ ਦੇ ਨਾਲ ਬਰਾਬਰ 'ਤੇ ਕੁਰਸੀ ਲਾਈ ਇਸ ਬੰਦੇ ਨੇ। ਇੱਥੇ ਵੇਖੋ ਕਮੰਡਲ ਹੱਥ 'ਚ ਫੜਿਆ, ਨਕਲੀ ਦਾੜੀ, ਆਹ ਵੇਖੋ ਮਹਾਂ ਬੇਵਕੂਫ ਅਤੇ ਮੂਰਖ ਲੋਕ ਕਹਿੰਦੇ ਪਾਪੀ ਪਾਪ ਕਮਾਵਦੇ ਕਰਦੇ ਹਾਏ ਹਾਏ, ਇਹ ਉਹ ਪਾਪੀ ਅਤੇ ਉਹ ਦੁਸ਼ਟ ਨੇ ਆ ਨੰਗੇ ਸਰੋਂ ਅਤੇ ਆ ਨਾਲ ਨੱਚਦੇ ਜਾਣ ਡਿਆ। ਅਤੇ ਆਹ ਦੱਸੋ ਮੈਨੂੰ ਉਹ ਗੁਰੂ ਸਾਹਿਬ ਦੇ ਅਤੇ ਅਸੀਂ ਚਰਨਾਂ ਦੀ ਧੂੜ ਵਰਗੇ ਨਹੀਂ ਹੈਗੇ।